वारस पंजाब दे जथेबंदी दे मुखी भाई अमृतपाल सिंह लगातार पंजाब दे समागमां विच नौजवानां नूं सिक्खी नाल जुड़ के अमृत छकन लई प्रेरित कर रहे हैं। तो उत्थे ही सरकारां दे वल्लों लगातार अमृतपाल सिंह दा भी विरोध किया जा रहा। अज कुछ पंजाब दे मुद्दियां ते भाई अमृतपाल सिंह होणा नाल गलबात करांगे। सिंह सिंह वाहिगुरू जी का खालसा श्री वाहिगुरू जी की फतेह। वाहिगुरू जी की फतेह। अमृतपाल जी गल करिए कि जिवें तीन सरकारां बदल गईआं, चार मुख्यमंत्री पंजाब दे बदल गए, बेअदबी मामले का इंसाफ हाले तक सिख संगतां नूं नहीं मिलिया। देखो जिहड़ा बेअदबी हुकूमत ने आप कराई है, उन्हां दी मंशा बेअदबी कराउण पिछे इह सी वी सिखां दे अंदरों गुरू दा सत्कार घटाया जा सके। इस घटना नूं इन्नी आम बना दिता वी सिख हुण इस गल दे उत्ते रिएक्ट करना बंद कर गए। सो इह हुकूमत आप बेअदबी करा रही है, उन्हां ने इंसाफ सानूं नहीं देना। सिखां नूं आप इकट्ठे हो के इंसाफ हक लैणा चाहीदा है, गुरुद्वारिआं दा पहरा वधाउणा चाहीदा है। नौजवानां नूं अपील है ਵੀ ਆਪਾਂ ਵਿਹਲੇ ਤੁਰੇ ਫਿਰਨ ਨਾਲੋਂ ਗੁਰੂ ਘਰ ਦੇ ਵਿੱਚ ਸੇਵਾਦਾਰ ਬਣ ਕੇ, ਗੁਰੂ ਘਰ ਦੇ ਕੂਕਰ ਬਣ ਕੇ ਗੁਰੂ ਘਰ ਦੇ ਪਹਿਰਾ ਦੇਈਏ, ਮਹਾਰਾਜ ਦਾ ਪਹਿਰਾ ਦੇਈਏ, ਕਿਸੇ ਨਾਲ ਉਲਝੀਏ ਨਾ ਉਸ ਮੌਕੇ ਦੇ ਉੱਤੇ। ਹੋਰ 100 ਗੱਲਾਂ ਆਪਾਂ ਅੱਖੋਂ ਪਰੋਖੇ ਕਰ ਦਈਏ, ਪਰ ਗੁਰੂ ਦਾ ਪਹਿਰਾ ਜਿੱਥੇ ਦੇਣ ਦੀ ਗੱਲ ਹੈ ਉੱਥੇ ਫਿਰ ਆਪਾਂ ਗੁਰੂ ਦੀ ਹਾਜ਼ਰੀ 'ਚ ਤਿਆਰ ਅਮਰ ਖੰਡੇ ਬਾਟੇ ਦੀ ਪੌਲ ਛੱਕ ਕੇ ਤਿਆਰ ਹੋ ਗਏ। ਪਰ 7.5 ਸਾਲ ਹੋ ਗਏ ਆ, ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਉੱਥੇ ਧਰਨਾ ਪ੍ਰਦਰਸ਼ਨ ਵੀ ਕੀਤਾ, ਕਈ ਜਗ੍ਹਾ 'ਤੇ ਇਸ ਤਰ੍ਹਾਂ ਦੇ ਵਿਰੋਧ ਕੀਤੇ ਆ, ਹੋਰ ਸਿੱਖ ਸੰਗਤ ਕੀ ਕਰ ਸਕਦੀ ਹੈ? ਇਸ ਤੋਂ ਵੱਧ ਕੋਈ ਹੈਗਾ ਉਹਨਾਂ ਦੇ ਕੋਲ ਚਾਰਾ? ਦੇਖੋ ਇੱਕ ਜਦੋਂ ਕਾਨੂੰਨ ਹਰ ਥਾਂ ਤੋਂ ਨਿਰਾਸ਼, ਇੱਕ ਵਾਰ ਜ਼ਰੂਰ ਮਿਲੋ ਪੰਡਿਤ ਵਿਜੇ ਸ਼ਾਸਤਰੀ। ਸਮੱਸਿਆ ਜਿਵੇਂ ਘਰੇਲੂ ਕਲੇਸ਼, ਸੋਤਨ ਦੁਸ਼ਮਣ ਤੋਂ ਛੁਟਕਾਰਾ, ਬਿਮਾਰੀ ਦੇ ਵਿੱਚ ਦਵਾਈ ਦਾ ਨਾ ਲੱਗਣਾ, ਕੰਮ ਦਾ ਬਣਦੇ ਵਿਗੜ ਜਾਣਾ, ਕਾਰੋਬਾਰ 'ਚ ਰੁਕਾਵਟ, ਵਿਦੇਸ਼ ਯਾਤਰਾ 'ਚ ਰੁਕਾਵਟ, ਘਰ ਦੇ ਵਿੱਚ ਖੂਨ ਦੇ ਛਿੱਟੇ ਆਉਣਾ, ਪੜ੍ਹਾਈ ਦੇ ਵਿੱਚ ਮਨ ਦਾ ਨਾ ਲੱਗਣਾ, ਮਨ 'ਚ ਆਇਆ ਪਿਆਰ, ਪਿਆਰ ਦੇ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ ਪੰਡਿਤ ਵਿਜੇ ਸ਼ਾਸਤਰੀ ਜੀ। ਮੋਬਾਈਲ ਨੰਬਰ 9876192638। ਫੇਲ ਹੋ ਜਾਂਦਾ ਕਾਨੂੰਨ ਵਿਵਸਥਾ ਜਦੋਂ ਤੁਹਾਨੂੰ ਇਨਸਾਫ ਨਹੀਂ ਦਿੰਦੀ। ਫਿਰ ਹਰ ਕੌਮ ਦੇ ਕੋਲ ਇੱਕ ਅਧਿਕਾਰ ਹੈ ਕਿ ਉਹ ਆਪਣਾ ਇਨਸਾਫ ਆਪ ਕਰੇ। ਬੇਸ਼ੱਕ ਸਾਨੂੰ ਇੱਕ ਕਾਨੂੰਨ ਖੜ੍ਹਾ ਕਰਨਾ ਚਾਹੀਦਾ ਜਿਹੜਾ ਗੁਰਦੁਆਰੇ ਦੇ ਪ੍ਰਬੰਧਾਂ ਲਈ ਇਹ ਜ਼ਰੂਰੀ ਕਰਦਾ ਹੋਵੇ, ਨਿਸ਼ਚਿਤ ਕਰਦਾ ਹੋਵੇ ਵੀ ਗੁਰੂ ਘਰ ਦੇ ਵਿੱਚ ਕੋਈ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਗੁਰੂ ਘਰ ਦੇ ਵਿੱਚ ਜਿਹੜੀ ਬੇਅਦਬੀ ਕਰਨ ਵਾਲਾ ਮਨੁੱਖ ਹੈ ਕੋਈ ਵੀ, ਉਹ ਜਦੋਂ ਗੁਰੂ ਘਰ 'ਚ ਵੜਦਾ ਉਹਦਾ ਫਿਰ ਉੱਥੇ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਉਹਦੀ ਬਣਦੀ ਸਜ਼ਾ ਉਹਨੂੰ ਦੇਣੀ ਚਾਹੀਦੀ ਹੈ। ਇਹ ਸਾਰੀਆਂ ਸੰਸਥਾਵਾਂ, ਸਾਰੀਆਂ ਸੰਪਰਦਾਵਾਂ ਜਿਹੜੀਆਂ ਉਹਨਾਂ ਨੂੰ ਤਹੱਈਆ ਕਰਕੇ ਅਤੇ ਇਹ ਗੱਲਬਾਤ ਉੱਤੇ ਗੁਰਮਤਾ ਕਰਨਾ ਚਾਹੀਦਾ। ਪਰ ਸਰਕਾਰ ਨੇ ਹੁਣ ਤੁਹਾਡੇ ਕੋਲ ਬਾਈਬਲ ਕਲਾਂ ਦੇ ਵਿੱਚ 1.5 ਮਹੀਨੇ ਦਾ ਟਾਈਮ ਲਿਆ ਸੀਗਾ, ਤੁਹਾਨੂੰ ਲੱਗਦਾ ਕਿ ਜਿੱਥੇ ਇੰਨਾ ਸਮਾਂ ਲੰਘ ਗਿਆ, ਜਿਵੇਂ ਮੈਂ ਪਹਿਲਾਂ ਕੀਤੀ ਕਿ ਇੰਨੀਆਂ ਸਰਕਾਰਾਂ ਬਦਲ ਗਈਆਂ ਨੇ, ਹੁਣ 1.5 ਮਹੀਨੇ ਵਿੱਚ ਕੋਈ ਨਾ ਕੋਈ ਹੱਲ ਹੋਜੂਗਾ? ਦੇਖੋ ਇਹ ਤਾਂ ਸਰਕਾਰ ਨੇ ਸਮਾਂ ਮੰਗਿਆ, ਜਥੇਬੰਦੀਆਂ ਨੇ ਫੈਸਲਾ ਕਰਨਾ, ਉੱਥੇ ਜਿੰਨੀਆਂ ਜਥੇਬੰਦੀਆਂ ਮੇਰੇ ਇਕੱਲੇ ਨੇ ਫੈਸਲੇ, ਉਹਨਾਂ ਦਾ ਕੁਛ ਹੋਣਾ ਨਹੀਂ। ਬਿਲਕੁਲ, ਮੈਂ ਇਹੋ ਕਿਹਾ ਪੰਥ ਗੁਰਮਤਾ ਕਰੇ, ਸਰਬੱਤ ਖਾਲਸਾ ਸੱਦੇ ਅਤੇ ਪੰਥ ਆਪਣੇ ਕਾਨੂੰਨ ਦਾ ਐਲਾਨ ਕਰੇ। ਹੁਣ ਉਹਦਾ ਅਰਥ ਇਹ ਹੈ ਵੀ ਦੇਖੋ 1.5 ਮਹੀਨੇ 'ਚ ਸਪੀਕਰ ਆ ਕੇ ਕਹਿ ਕੇ ਗਿਆ ਵੀ ਜੇ 1.5 ਮਹੀਨੇ 'ਚ ਇਨਸਾਫ਼ ਨਹੀਂ ਮਿਲਦਾ ਤਾਂ ਮੈਂ ਆਪ ਤੁਹਾਡੇ ਨਾਲ ਆਣ ਕੇ ਬੈਠ ਜੂੰਗਾ। ਇੱਕ MLA ਕਹਿ ਗਿਆ ਵੀ ਇਨਸਾਫ਼ ਮਿਲਣਾ ਨਹੀਂ। ਸੋ 1.5 ਮਹੀਨਾ ਜਿੱਥੇ ਇੰਨੇ ਸਮਾਂ ਇੰਤਜ਼ਾਰ ਕੀਤਾ, 1.5 ਮਹੀਨਾ ਇੰਤਜ਼ਾਰ ਕਰਦੇ ਹਾਂ ਅਤੇ 1.5 ਮਹੀਨੇ ਬਾਅਦ ਪੰਥ ਇਕੱਠਾ ਹੋਵੇ ਸਾਰਾ ਹੀ, ਹੈਂ ਸਾਰੀਆਂ ਸੰਪਰਦਾਵਾਂ, ਸਾਰੇ ਦਲ ਪੰਥ, ਸਾਰੀਆਂ ਸੰਸਥਾਵਾਂ, ਜਥੇਬੰਦੀਆਂ ਇਕੱਠੀਆਂ ਹੋਣ, ਇਕੱਠੇ ਹੋ ਕੇ ਸੰਗਤੀ ਰੂਪ ਦੇ ਵਿੱਚ ਇੱਕ ਜਿਹੜਾ ਵਾ ਇਹ ਗੁਰਮਤਾ ਕੀਤਾ ਜਾਵੇ ਵੀ ਬੇਅਦਬੀਆਂ ਨੂੰ ਰੋਕਣ ਦਾ ਕੰਮ ਸਰਕਾਰ ਦੇ ਬਸ ਦੀ ਗੱਲ ਨਹੀਂ, ਇਹ ਸਾਨੂੰ ਆਪ ਤਹੱਈਆ ਕਰਕੇ ਆਪਣਾ ਕਾਨੂੰਨ ਘੜਨਾ ਪੈਣਾ ਗੁਰਦੁਆਰੇ। ਕਿਹੋ ਜਿਹਾ ਕਾਨੂੰਨ ਸਿੱਖ ਕੌਮ ਘਟੂਗੀ? ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਕੋਈ ਕਾਨੂੰਨ ਜਾਂ ਕੋਈ ਸਿੱਖ ਕੌਮ ਆਪਣੇ ਹੱਥ ਦੇ ਵਿੱਚ ਕੋਈ ਫੈਸਲਾ ਲੈਂਦੀ ਹੈ ਤਾਂ ਉਦੋਂ ਫਿਰ ਸਰਕਾਰਾਂ ਢਹਿ ਪੈਂਦੀਆਂ ਨੇ ਉਹਨਾਂ 'ਤੇ। ਸਰਕਾਰਾਂ ਵੱਲੋਂ ਅੱਤਿਆਚਾਰ ਕੀਤਾ ਜਾਂਦਾ ਸਿੱਖ ਕੌਮ 'ਤੇ? ਦੇਖੋ ਅੱਤਿਆਚਾਰ ਤਾਂ ਹੋ ਹੀ ਰਿਹਾ, ਉਹ ਹੁੰਦਾ ਰਹਿਣਾ ਵੱਖ ਵੱਖ ਰੂਪਾਂ ਦੇ ਵਿੱਚ, ਪਰ ਸਿੱਖਾਂ ਨੇ ਇਹ ਫੈਸਲਾ ਕਰਨਾ ਵੀ ਅਸੀਂ ਗੁਰੂ ਦੀ ਬੇਅਦਬੀ ਬਰਦਾਸ਼ਤ ਕਰਨੀ ਹੈ ਕਿ ਨਹੀਂ ਕਰਨੀ। ਜੇ ਤਾਂ ਨਹੀਂ ਕਰਨੀ, ਸਰਕਾਰਾਂ ਨੂੰ ਬਹੁਤ ਲੰਮਾ ਸਮਾਂ ਦਿੱਤਾ, 47 ਤੋਂ ਬੇਅਦਬੀਆਂ ਹੁੰਦੀਆਂ ਆ ਰਹੀਆਂ ਨੇ, ਅੱਜ 15 ਤੋਂ ਬਾਅਦ ਕਿੰਨਾ ਲੰਮਾ ਸਮਾਂ ਸਰਕਾਰਾਂ ਕੋਲ, 3-4 ਮੁੱਖ ਮੰਤਰੀ ਆ ਗਏ ਨੇ, ਕਿੰਨੀਆਂ ਜਾਂਚ, ਕਿੰਨੀਆਂ ਪੜਤਾਲਾਂ ਹੋ ਗਈਆਂ, ਜਿਹੜੇ ਬੰਦੇ ਦੋਸ਼ੀ ਸੀ ਬੇਅਦਬੀ ਦੇ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਨੇ। ਹੈ ਦੁਖੀ ਭੈਣ ਭਰਾਵਾਂ ਦੇ ਸੱਜੇ ਹਮਦਰਦ ਮੀਆਂ ਬਿਲਾਲ ਖਾਨ, ਮੋਬਾਈਲ ਨੰਬਰ 9887817500। ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਿਆਰ 'ਚ ਧੋਖਾ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਸੌਤਨ ਦੁਸ਼ਮਣ ਦਾ ਖਾਤਮਾ, ਤਲਾਕ ਕੇਸ, ਜ਼ਮੀਨੀ ਝਗੜਾ, ਕਰਜ਼ਾ ਮੁਕਤੀ, ਵਿਦੇਸ਼ ਯਾਤਰਾ, ਵਿਦੇਸ਼ 'ਚ ਪੱਕੇ ਹੋਣਾ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੀਆਂ ਬਿਲਾਲ ਖਾਨ, ਮੋਬਾਈਲ ਨੰਬਰ 9887817500।